ਦੁਖੀ ਨਹੀਂ ਤੂੰ ਭਾਈ, ਆਪਾਂ ਵੀ ਦੁਖੀ ਆ ਤੂੰ ਭਾਈ, ਪਾਣੀ ਪੀ ਕੇ ਦਿਖਾ ਦੇਈਂ ਜਿਹੜਾ ਆਪਾਂ ਪੀਂਦੇ ਆ, ਤੁਹਾਨੂੰ ਪਤਾ ਲੱਗਾ ਕਿਹੜੀ ਜੀਂਦੇ ਆ। ਮਾਂ ਤੇਰੀ ਸੋਚ ਤੇ ਲਾ ਦਿਆਂਗੇ ਠੋਕੇ, ਮਾਂ ਤੇਰੀ ਸੋਚ ਤੇ ਲਾ ਦਿਆਂਗੇ ਠੋਕੇ, ਮਾਂ ਤੇਰੀ ਸੋਚ ਤੇ ਲਾ ਦਿਆਂਗੇ ਠੋਕੇ। ਜੈ ਭੀ ਜੈ ਭਾਰਤ, ਜੈ ਭੀ ਜੈ ਭਾਰਤ, ਨਗਰ ਕਮਿਸ਼ਨਰ ਹਾਏ ਹਾਏ, ਹਾਏ 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 ਹਾਏ, ਸ਼ਰਮ ਕਮਿਸ਼ਨਰ ਹਾਏ 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 ਹਾਏ, ਸ਼ਰਮ ਕਮਿਸ਼ਨਰ ਹਾਏ 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 ਹਾਏ। ਪੰਜਾਬ ਸਰਕਾਰ ਮੁਰਦਾਬਾਦ, 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 ਨਗਰ ਕਮਿਸ਼ਨਰ ਮੁਰਦਾਬਾਦ, 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 ਨਗਰ ਕਮਿਸ਼ਨਰ ਮੁਰਦਾਬਾਦ, 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 ਪੰਜਾਬ ਸਰਕਾਰ ਮੁਰਦਾਬਾਦ, 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 ਭਗਵੰਤ ਮਾਨ ਮੁਰਦਾਬਾਦ, 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 ਚੀਫ ਮਿਨਿਸਟਰ ਮੁਰਦਾਬਾਦ, 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 ਨਗਰ ਕਮਿਸ਼ਨਰ ਮੁਰਦਾਬਾਦ, 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 ਪੰਜਾਬ ਸਰਕਾਰ ਹਾਏ 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 ਹਾਏ, ਪੰਜਾਬ ਸਰਕਾਰ ਹਾਏ 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 ਹਾਏ। ਮਾਂ ਤੇਰੀ ਸੋਚ ਤੇ ਲਾ ਦਿਆਂਗੇ ਠੋਕੇ, ਮਾਂ ਤੇਰੀ ਸੋਚ ਤੇ ਲਾ ਦਿਆਂਗੇ ਠੋਕੇ, ਮਾਂ ਤੇਰੀ ਸੋਚ ਤੇ ਲਾ ਦਿਆਂਗੇ ਠੋਕੇ। ਜੈ ਭੀ ਜੈ ਭਾਰਤ, ਜੈ ਭੀ ਜੈ ਭਾਰਤ, ਨਗਰ ਕਮਿਸ਼ਨਰ ਹਾਏ 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 ਹਾਏ, ਸ਼ਰਮ ਕਮਿਸ਼ਨਰ ਹਾਏ 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 ਹਾਏ, ਸ਼ਰਮ ਕਮਿਸ਼ਨਰ ਹਾਏ 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 ਹਾਏ। ਮੈਡਮ ਆਪਣਾ ਕਿਹੜੀ ਜਗ੍ਹਾ ਤੋਂ ਆਏ ਤੁਸੀਂ, ਕੀ ਕਾਰਨ ਕਿ ਤੁਸੀਂ ਇਹ ਧਰਨੇ ਤੇ ਆਏ ਇੱਥੇ? ਬੱਚਾ ਨਾ ਸ਼ੁਰੂ ਤੋਂ ਜਦੋਂ ਬਿਮਾਰ ਹੋਣ ਡਿਆ ਇਹਦਾ ਪਾਣੀ ਕਰਕੇ, ਸ਼ੁਰੂ ਤੋਂ ਮਤਲਬ ਬਿਮਾਰ ਹੀ ਰਹਿੰਦਾ ਜਦੋਂ ਦਾ ਹੋਇਆ ਹੈ ਨਾ। ਅੱਛਾ ਜੀ। ਮਤਲਬ ਪਾਣੀ ਕਰਕੇ ਹੀ ਹੈ, ਦੁੱਧ ਵੀ ਇੱਦਾਂ ਨਾ ਅਲੱਗ ਤੇ ਪੀਂਦਾ ਹੈ ਨਾ, ਪਾਣੀ ਮਿਲਾ ਕੇ ਦਿੰਦੇ ਸੀ, ਮਤਲਬ ਪੋਟੀਆਂ ਉਲਟੀਆਂ ਦਾ ਹੋਣ ਲੱਗੀ, ਅਤੇ ਜਿੱਦਾਂ 4 ਸਾਲ ਦਾ ਹੋਇਆ ਉਹਦੇ ਬਾਅਦ ਜਿੱਦਾਂ ਨਾ ਇਹਨੂੰ ਨਾ ਬਲੱਡ ਕੱਢਣ ਦੀ ਸਮੱਸਿਆ ਆ ਗਈ। ਅੱਛਾ ਜੀ। ਫਿਰ ਆਪਾਂ ਇੱਧਰ ਸਾਰੇ ਹੋਸਪਿਟਲ ਲੈ ਕੇ ਗਏ, ਪਰ ਕੋਈ ਉਹ ਨਹੀਂ ਹੋਇਆ ਨਾ। ਪਾਣੀ ਹੁਣ ਵੀ ਜਿੱਦਾਂ ਘਰ ਪਾਣੀ ਗੰਦਾ ਹੀ ਆਉਣ ਡਿਆ, ਹੁਣ ਮੇਰਾ ਬੱਚਾ ਬਿਮਾਰ ਹੀ ਹੈ, ਫਿਰ ਸਾਨੂੰ ਪਤਾ ਲੱਗੇ ਇਹਦਾ ਹਿਸਾਬ ਤਾਂ ਹੋ ਗਿਆ, ਸਾਨੂੰ ਪਤਾ ਲੱਗੇ ਇਹਦਾ ਬਲੱਡ ਟੈਸਟ, ਬੱਚੇ ਨੂੰ ਮੇਰਾ ਜ਼ਿਆਦਾ ਸੀਰੀਅਸ ਹੋ ਗਿਆ। ਫਿਰ ਆਪਾਂ ਫਰੀਦਕੋਟ ਲੈ ਕੇ ਗਏ, ਉੱਥੇ ਨੂੰ ਰੈਫਰ ਕੀਤਾ, 2 ਗ੍ਰਾਮ ਬਲੱਡ ਰਹਿ ਗਿਆ ਬੱਚੇ 'ਚ, ਆਪਾਂ ਭੇਜੀਏ 8 ਮਹੀਨੇ ਰਹੇ ਹਾਂ ਬੱਚੇ ਨੂੰ ਲੈ ਕੇ, ਹੈ ਨਾ। ਹੁਣ ਘਰ ਆਇਆ, ਹੁਣ ਵੀ ਪਾਣੀ ਦੀ ਸਮੱਸਿਆ। ਬੱਚੇ ਦੀ ਏਜ ਕਿੰਨੀ ਹੈ? ਹੁਣ 5 ਸਾਲ ਦਾ ਹੋਇਆ। ਇਹਨੂੰ ਕੈਂਸਰ ਕਦੋਂ ਹੋਇਆ? ਹੁਣ ਸਾਲ ਕੁ ਹੋ ਗਿਆ, 4 ਸਾਲ ਦਾ ਜਦ ਕੈਂਸਰ ਹੋਇਆ ਇਹਨੂੰ। ਤੁਸੀਂ ਸਾਰੇ ਹਸਪਤਾਲਾਂ 'ਚ ਘੁੰਮ ਲਿਆ? ਹਾਂਜੀ। ਡਾਕਟਰ ਕੀ ਕਹਿ ਰਹੇ ਹੈ?
ਡਾਕਟਰ ਇਲਾਜ ਕਰਨ ਡਿਆ, ਪਰ ਉਹਨਾਂ ਨੇ ਇਹ ਨਹੀਂ ਕਿਹਾ ਕਿ ਮਤਲਬ ਇਲਾਜ ਕਰਨ ਡਿਆ, ਇਹ ਠੀਕ ਹੋਏਗਾ ਜੀ, ਇਹ ਨਹੀਂ ਹੈ ਪਤਾ ਠੀਕ ਹੋਣਾ ਜਾਂ ਨਹੀਂ। ਤੁਹਾਨੂੰ ਕੀ ਲੱਗਦਾ ਵੀ ਗੰਦੇ ਪਾਣੀ ਦੀ ਸਮੱਸਿਆ ਕਰਕੇ ਹੀ ਇਹਨੂੰ ਕੈਂਸਲ? ਛੁੱਟੀ ਮਿਲੀ ਦੀ ਘਰ ਆਇਆ ਤਾਂ ਵੀ ਬਿਮਾਰ ਰਹਿੰਦਾ, ਦੋ ਦੋ ਹਫ਼ਤੇ ਬਾਅਦ PGI ਜਾਣਾ ਪੈਂਦਾ ਸਾਨੂੰ, ਪਾਣੀ ਸਾਫ਼ ਆਉਂਦਾ ਹੀ ਨਹੀਂ, ਇਹ ਗੰਦਾ ਪਾਣੀ ਆਉਣ ਡਿਆ, ਗੁੜੀਆਂ ਵੀ ਬਿਮਾਰ ਰਹਿੰਦੀ ਸਾਡੀ। ਪਾਣੀ ਦੀ ਸਮੱਸਿਆ ਕਰਕੇ ਹੀ ਹੋਇਆ ਜੀ, ਪਾਣੀ ਦੀ ਸਮੱਸਿਆ ਕਰਕੇ ਹੀ, ਗੰਦੇ ਪਾਣੀ ਦੀ ਸਮੱਸਿਆ ਬੜੀ ਜ਼ਿਆਦਾ ਇੱਥੇ। ਠੀਕ, ਹਾਂਜੀ। ਸਾਰੀ ਉਮਰ ਹੋ ਗਈ ਸਾਨੂੰ ਗੰਦਾ ਪਾਣੀ ਪੀਂਦੇ, ਸੀਵਰੇਜ ਦੀ ਸਮੱਸਿਆ, ਇਹ ਹੱਲ ਨਹੀਂ ਹੁੰਦੇ। ਇਹ ਤਾਂ ਜਿਸ ਤਰ੍ਹਾਂ ਵੀ ਆਪਾਂ ਜਾ ਕੇ 4 ਬੰਦੇ ਜਾਂ 50 ਬੰਦੇ ਜਾ ਕੇ ਖੜੇ ਹੋ ਜਾਈਏ, ਕਰ ਦਿਆਂਗੇ, ਕਾਰਪੋਰੇਸ਼ਨ ਵੀ ਜਾਂਦੀ ਹੈ, ਗੱਡੀਆਂ ਵਾਪਸ ਬੁਲਾ ਲੈਂਦੇ, ਡੱਕੇ ਆਪ ਨੂੰ ਆਉਂਦੇ ਨੇ। ਅਸੀਂ ਬਹੁਤ ਜ਼ਿਆਦਾ ਦੁਖੀ ਹਾਂ, ਅਸੀਂ ਘਰ ਘਰ ਬਿਮਾਰ ਹੈਗੇ, ਸਾਡੀ ਕੋਈ ਸੁਣਵਾਈ ਨਹੀਂ ਹੈ। ਮਤਲਬ ਕਿਸੇ ਦੀ ਦੁਆਇਆ? ਅਸੀਂ ਨਿਊ ਸ਼ਿਵਾਜੀ ਨਗਰ 7 ਨੰਬਰ ਸਾਡੇ ਏਰੀਆ 'ਚ ਇਲੈਕਸ਼ਨ ਹੈ, ਤੁਸੀਂ ਵੋਟਾਂ ਪਾਉਣ ਜਾਓਗੇ? ਐਤੀ ਬਿਲਕੁਲ ਨਹੀਂ ਜਾਵਾਂਗੇ, ਅਸੀਂ ਸਾਰਿਆਂ ਨੇ ਇੱਕ ਅਗਰ, ਅਸੀਂ ਕਿਸੇ ਨੇ ਵੋਟ ਨਹੀਂ ਪਾਣੀ। ਮੈਡਮ ਤੁਹਾਡੇ ਏਰੀਆ ਦੇ MLA ਨੇ, ਤੁਹਾਡੇ ਏਰੀਆ ਦੀ MP ਸੀਗੇ, ਜੇ ਕੋਈ ਨਹੀਂ ਸੁਣਾਈ ਹੈਗੀ, ਕੋਈ ਨਹੀਂ ਸੁਣਾਈ ਹੈਗੀ। ਅਸੀਂ ਸ਼ੋਭਾ ਯਾਤਰਾ ਕੱਢੀ ਹੈ, ਗਏ ਆ, ਅਗਲੇ ਰਾਸਤੇ 'ਚੋਂ ਹੀ ਵਾਪਸ ਹੋ ਗਏ ਨੇ, ਕਿਉਂਕਿ ਅਸੀਂ ਤਾਂ ਸਾਰੀ ਉਮਰ ਹੋ ਗਈ, ਗਿੱਟੇ ਤੋਂ ਸਾਡੀ ਸਲਵਾਰਾਂ ਉੱਤੇ ਨਹੀਂ ਹੋਈਆਂ, ਅਸੀਂ ਤਾਂ ਭਿੱਜਦੇ ਹੀ ਗਏ ਤਾਂ ਭਿੱਜਦੇ ਹੀ ਆਏ ਹਾਂ, ਪਰ ਉੱਥੇ ਕੋਈ ਵੀ ਨਹੀਂ ਗਏ, ਅਗਲੇ ਰਾਸਤੇ 'ਚ ਰਿੰਕੁਸ਼ਾ ਜੀ ਵਾਪਸ ਹੋ ਕੇ ਚਲੇ ਗਏ। ਕੀ ਗੱਲ ਜੇ ਕਬੀਰ ਮਹਾਰਾਜ ਦੀ ਜਾ ਰਹੀ ਸੀ ਸ਼ੋਭਾ ਯਾਤਰਾ, ਨਿਕਲ ਰਹੀ ਸੀ, ਕੀ ਗੱਲ ਉਹਨਾਂ ਦੇ ਪੈਰ ਗਿੱਲੇ ਹੋ ਜਾਂਦੇ, ਕੀ ਹੋ ਜਾਣਾ ਸਾਡੇ ਤਾਂ ਇੱਡੇ ਪੈਰਾਂ ਦੇ ਵਿੱਚ ਛਾਲੇ ਪਏ ਹੋਏ ਨੇ, ਸਾਡੇ ਘਰ ਘਰ ਬਿਮਾਰ ਹੈ, ਸਾਨੂੰ ਕੌਣ ਪੁੱਛਦਾ ਆ ਕੇ ਸਾਡੇ? ਸਰ ਤੁਸੀਂ ਆ ਕੇ ਮੌਕੇ ਵੇਖੋ, ਸਾਡੇ ਸ਼ਿਵਾਜੀ ਨਗਰ ਦਾ 7 ਨੰਬਰ ਗਲੀ ਦਾ ਕੀ ਹਾਲ ਹੈ, ਪੈਂਜੀ ਪਾਣੀ ਗੰਦਾ। ਤੁਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ? ਅਸੀਂ ਗੰਦਾ ਪਾਣੀ ਪੀਲੇ, ਉਹ ਵੀ ਇੱਕ ਘੁੱਟ ਪਾਣੀ ਪੀਣ ਸਾਡੇ ਨਾਲ, ਅਸੀਂ ਫਿਰ ਦੇਖਾਂਗੇ ਵੀ ਕਿਸ ਤਰ੍ਹਾਂ ਗੂੰਹ ਵਾਲਾ ਪਾਣੀ ਪੀਤਾ ਜਾਂਦਾ ਵੈ। ਭੈਣ ਜੀ ਇੱਕ ਗੱਲ ਪੁੱਛਣਾ, ਪਿੱਛੇ ਰਿੰਕੂ ਜੀ ਖੜੇ ਹੋਏ ਸੀ ਜਦੋਂ ਲੋਕ ਸਭਾ ਇਲੈਕਸ਼ਨ 'ਚ ਪਰਚੀਆਂ ਵੰਡਣ ਆਏ ਸੀ, ਉਦੋਂ ਵੀ ਤੁਸੀਂ ਉਹਨਾਂ ਦਾ ਬਾਈਕਾਟ ਕੀਤਾ ਸੀ ਪਾਣੀ ਦੀ ਸਮੱਸਿਆ ਨੂੰ ਲੈ ਕੇ, ਉਸ ਤੋਂ ਬਾਅਦ ਤੁਹਾਡਾ ਕੋਈ ਮਸਲਾ ਹੱਲ ਨਹੀਂ ਹੋਇਆ? ਮਸਲਾ ਹੱਲ ਹੀ ਨਹੀਂ ਹੋਇਆ ਜੀ, ਸਾਡਾ ਮਸਲਾ ਹੱਲ ਹੀ ਨਹੀਂ ਹੋਇਆ, ਅਸੀਂ ਤਾਂ ਬੋਲ ਬੋਲ ਕੇ ਥੱਕ ਗਏ, ਸਾਰਿਆਂ ਨੂੰ ਕਹਿ ਕਹਿ ਕੇ ਥੱਕ ਗਏ, ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ। ਸਿਰਫ ਸੋਟੀਆਂ ਚਲਾ ਦਿੰਦੇ ਨੇ, ਸੋਟੀ ਚਲਾ ਕੇ ਡੱਕਾ ਚਲਾ ਕੇ ਪੇਠੋਂ ਮੋੜੋ, ਫਿਰ ਪਾਣੀ ਦੇ ਪਾਣੀ ਸੀਵਰੇਜ ਉੱਦਾਂ ਹੀ ਭਰੇ ਹੁੰਦੇ ਨੇ, ਕੋਈ ਮਸਲਾ। ਜੇਕਰ ਤੁਹਾਡਾ ਮਸਲਾ ਹੱਲ ਨਹੀਂ ਹੁੰਦਾ ਤਾਂ ਅੱਗੋਂ ਤੁਹਾਡਾ ਕੀ ਪ੍ਰੋਟੈਸਟ ਹੋਏਗਾ? ਉਹ ਤਾਂ ਫਿਰ ਹੁਣ ਸਾਰੇ ਨਾਲ ਹੀ ਅਸੀਂ ਕਰਾਂਗੇ। ਠੀਕ, ਗੰਦੇ ਬਾਹਰ ਧਰਨਾ ਲਾਇਆ ਵਾ। ਮੇਰਾ ਨਾਮ ਦੀਪਕ ਯਾਦਵ ਭਾਈ, ਮੈਂ ਵਾਰਡ ਨੰਬਰ 42 ਤੋਂ। ਆਪਾਂ ਸਾਰੇ ਜਣੇ ਆਏ ਬਸਤੀ ਦਾਨਸ਼ਮੰਦ ਦਾ, ਵੱਖ ਵੱਖ ਏਰੀਏ ਤੋਂ ਆਏ ਸਾਰੇ ਮਹੱਲਿਆਂ ਦੇ ਵਿੱਚੋਂ। ਬਸਤੀ ਦਾਨਸ਼ਮੰਦ ਦਾ ਪਿਛਲੇ ਕਾਫੀ ਸਾਲਾਂ ਤੋਂ ਜੋ ਸੀਵਰ ਦੇ ਗੰਦੇ ਪਾਣੀ ਦੀ ਸਮੱਸਿਆ, ਸੀਵਰ ਤਾਂ ਚਲੋ ਉਹ ਭਰੇ ਹੀ ਰਹਿੰਦੇ ਸਾਰੀ ਜ਼ਿੰਦਗੀ, ਕਦੀ ਸਾਫ਼ ਨਹੀਂ ਹੋਏ, ਨਾ ਹੀ ਕਦੀ ਕਿਸੇ ਨੇ ਸਾਫ਼ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਅਤੇ ਪਾਣੀ ਵੀ ਆ ਦੇਖੋ ਆਹ ਲਾਂਡ, ਜਿਸ ਨਾਲ ਪਾਣੀ ਨਾਲ ਬੰਦੇ ਨਹਾ ਵੀ ਨਹੀਂ ਸਕਦੇ, ਉਹ ਸਾਨੂੰ ਪੀਣ ਵਾਲਾ ਪਾਣੀ। ਨਗਰ ਕਮਿਸ਼ਨਰ ਸਾਹਿਬ ਜਿਹੜੇ ਆਪਣੇ ਕਮਿਸ਼ਨਰ ਸਾਹਿਬ ਹੈ, ਮੈਂ ਕਹਿੰਦਾ ਇਹਨਾਂ ਤੋਂ ਜ਼ਿਆਦਾ ਬਸ਼ਰਮ ਬੰਦਾ ਜ਼ਿੰਦਗੀ 'ਚ ਅਸੀਂ ਦੇਖਿਆ ਨਹੀਂ ਗਾ। ਇੰਨੀਆਂ ਕੰਪਲੇਂਟਾਂ ਦਿੱਤੀਆਂ, 3-4 ਦਿਨ ਪਹਿਲਾਂ ਅਸੀਂ ਪੋਸਟ ਪਾਈ ਸੀ ਅੰਬੇਦਕਰ ਸੈਨਾ ਦੇ ਮਾਧਿਅਮ ਤੋਂ ਕਿ ਅਸੀਂ ਮੰਗਲਵਾਰ ਨੂੰ ਸਵੇਰ ਦੇ ਇੱਥੇ ਕੰਪਨੀ ਵਿੱਚ ਉਹ ਧਰਨਾ ਲਾਵਾਂਗੇ। ਕਮਿਸ਼ਨਰ ਸਾਹਿਬ ਨੇ ਇੱਕ ਵਾਰੀ ਸਾਡਾ ਰਾਸਤਾ ਕਾਇਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਤੁਸੀਂ ਤੁਹਾਨੂੰ ਕੀ ਪਰੇਸ਼ਾਨੀ ਹੈ, ਤੁਸੀਂ ਧਰਨਾ ਕਿਉਂ ਲਾਉਣਾ ਚਾਹੁੰਦੇ ਹੋ? 48-47 ਡਿਗਰੀ ਤੁਹਾਨੂੰ ਪਤਾ ਤਾਪਮਾਨ ਹੈ, ਇੰਨਾ ਬੁਰਾ ਹਾਲ ਹੈ, ਆ ਮਾਵਾਂ ਭੈਣਾਂ ਜਿਨ੍ਹਾਂ ਦਾ ਤੁਰ ਵੀ ਨਹੀਂ ਹੁੰਦਾ ਵਿਚਾਰੇ ਬੈਠੇ, ਇੰਨਾ ਪਾਣੀ ਦਾ ਬੁਰਾ ਹਾਲ ਆ। ਆਹ ਦੇਖੋ ਗੰਦਾ ਪਾਣੀ, ਛੋਟਾ ਜਿਹਾ ਬੱਚਾ, ਇਹਦਾ ਕੀ ਕਸੂਰ ਹੈ? ਕੈਂਸਰ ਹੋ ਗਿਆ ਇਹਨੂੰ ਵਿਚਾਰੇ ਨੂੰ, ਇਹ ਬੱਚੇ ਨੂੰ ਕੈਂਸਰ ਹੋ ਗਿਆ, ਦੇਸ਼ ਦਾ ਭਵਿੱਖ ਕੀ ਪਤਾ ਨਹੀਂ, ਵੱਡਾ ਹੋ ਗਿਆ ਤਹਿਸੀਲਦਾਰ ਬਣਨਾ, ਕਲੈਕਟਰ ਬਣਨਾ, DC ਬਣਨਾ, ਕਮਿਸ਼ਨਰ ਬਣਨਾ, ਕਿਹੜਾ ਮੰਤਰੀ ਬਣਨਾ, ਇਹਦਾ ਹੁਣ ਹੱਕ, ਇਹਨੂੰ ਇਨਸਾਫ ਕੌਣ ਦਵਾਏਗਾ? ਜਿੱਦਾਂ ਤੁਸੀਂ ਕਹਿੰਦੇ ਕਾਫੀ ਦੇਰੀ ਸਮੱਸਿਆ, ਤੁਹਾਡੇ ਏਰੀਆ 'ਚ ਇਲੈਕਸ਼ਨ ਵੀ ਹੋਏ ਆ, ਹੁਣ ਇਲੈਕਸ਼ਨ ਫੇਰ ਹੋ ਰਹੇ ਉਸ ਏਰੀਆ 'ਚ, ਤੁਹਾਨੂੰ ਕੀ ਲੱਗਦਾ ਕਿ ਕੋਈ ਜਿਹੜਾ ਵੀ ਉਮੀਦਵਾਰ ਖੜਾ ਹੋ ਰਿਹਾ ਤੁਹਾਡੀ ਸਮੱਸਿਆ ਹੱਲ ਕਰੂਗਾ? ਸਾਡੀ ਸਮੱਸਿਆ ਅੱਜ ਤੱਕ ਕਿਸੇ ਨੇ ਹੱਲ ਨਹੀਂ ਕੀਤੀ, ਸਾਰੇ ਬਸ਼ਰਮ ਨੇ।
ਸਾਡੀ ਸਮੱਸਿਆ ਹੱਲ ਕਿਸੇ ਨੇ ਨਹੀਂ ਕੀਤੀ। ਅਸੀਂ ਜਿੰਨੇ ਬੰਦਿਆਂ 'ਤੇ ਬੈਠੇ ਦੇ ਨੇ ਸ਼ਾਮਿਲ ਆ ਜਾਣੋ, ਜਿੰਨੇ ਬੰਦਿਆਂ 'ਤੇ ਬੈਠੇ ਦੇ ਨੇ ਜਾਂ ਤਾਂ ਉਹ ਹੀ ਗੰਦਾ ਪਾਣੀ ਪੀ ਰਹੇ ਨੇ, ਕੁਛ ਬੰਦੇ ਜਿਹੜੇ ਮਤਲਬ ਕਿ ਵਾਟਰ ਕੂਲਰ ਦੂਰੋਂ ਦੂਰੋਂ ਪਿੰਡਾਂ ਤੋਂ ਭਰ ਕੇ ਰੋਜ਼ ਪਾਣੀ ਦਾ ਲਿਆ ਰਹੇ ਨੇ, ਉਹ ਪਾਣੀ ਯੂਜ਼ ਕਰਨ ਦੇ ਪਾਣੀ ਪੀਣ ਦਾ ਲੈ ਜਿਹੜਾ ਇਲੈਕਸ਼ਨ ਆ 10 ਲਾਈਨ ਤੁਸੀਂ ਵੋਟਾਂ ਪਾਓਗੇ ਆਪਣੇ ਜਿਹੜੇ ਏਰੀਆ ਦੇ ਲੋਕੀ? ਅਸੀਂ ਵੋਟਾਂ ਕਿਸੇ ਨੂੰ ਪਾਣੀਆਂ ਨੇ, ਤੁਸੀਂ ਕਹਿੰਦੇ ਕਿਸੇ ਕੈਂਡੀ ਨੂੰ, ਅਸੀਂ ਕਿਸੇ ਨੂੰ ਨਹੀਂ ਪਾਣੀਆਂ ਵੋਟਾਂ ਭਾਈ, ਮਹੱਲੇ ਦੇ ਵਿੱਚ ਬਣੀਆਂ ਵੱਡੇ ਵੱਡੇ ਪੋਸਟਰ ਲਾਣੇ ਕਿ ਸਾਡੇ ਮਹੱਲੇ ਦੇ ਵਿੱਚ ਕਿਸੇ ਵੀ ਸਰਕਾਰ ਦਾ ਕੈਂਡੀਡੇਟ ਨਾ ਆਵੇ।